ਸਾਦਾ ਚਾਹ ਦੇ ਦਿੱਤੀ, ਬਿਸਕੁਟ ਹੈ ਨਹੀਂ ਸੀ, ਕਿਹੜੀ ਚੀਜ਼ ਦਾ ਸਾਲ ਬਣਾ ਰਹੀਆਂ ਸੀ? ਅੱਛਾ ਸਹੀ ਸਹੀ ਆ। ਕਿੱਥੇ ਤਿਆਰ ਹੋ ਗਈ? ਰਾਤ ਮਾਮੂ ਰੈਲਵੇ ਫਿਰ ਚੱਲ ਜਾਈਏ ਸੁਬਹ। ਇਹ ਸਰਦੀ ਬਹੁਤ ਆ, ਫਿਰ ਕਾਰ ਹੀ ਲੈ ਜਾਈਂ ਆਪਣੀ। ਸਹੀ ਹੈ ਨਾ, ਮੋਟਰਸਾਈਕਲ ਚੱਲ ਜਾਣਾ। ਸਹੀ ਕੋਈ ਨੀ ਭਾਬੀ ਜੀ, ਤੁਸੀਂ ਸਾਗ ਘੋਟ ਲਓ, ਸ਼ਾਮ ਹੋਈ ਹੈ, ਮੈਨੂੰ ਬੜੀ ਭੁੱਖ ਲੱਗੀ ਹੈ, ਮੇਰਾ ਤਾਂ ਦਿਲ ਕਰਦਾ ਸਾਗ ਨਾਲ ਚਿੱਤੀ ਰੋਟੀ ਖਾਵਾਂ। ਇਹ ਤਾਂ ਹੈ, ਸਾਗ ਦਾ ਕੰਮ ਵਾਹ ਵਾਹ ਹੀ ਹੋ ਜਾਂਦਾ। ਹਾਂਜੀ, ਤੁਸੀਂ ਤੜਕਾ ਵਗੈਰਾ ਲਾ ਲਓ ਨਾ, ਅਤੇ ਮੈਂ ਨਾ ਆਟਾ ਗੁੰਨ ਲੈਂਦੀ ਹਾਂ। ਠੀਕ, ਧੁੱਪ ਜੀ ਹੁਣੇ ਆਉਂਦੇ ਆ ਤਾਂ ਕੱਢਣ। ਹਾਂਜੀ, ਮੈਂ ਕਿਹਾ ਆਟਾ ਗੁੰਨਿਆ ਹੋਊਗਾ ਨਾ, ਰੋਟੀ ਪੱਕੀ ਹੋਊਗੀ, ਇਹਨੂੰ ਭੁੱਖ ਬਹੁਤੀ ਲੱਗੀ ਹੋਊਗੀ। ਅਤੇ ਮੈਂ ਨਾ ਤੁੜਕੇ ਦਾ ਸਮਾਨ ਤਿਆਰ ਕਰ ਰਹੀ ਹਾਂ। ਸਹੀ, ਧਨੀਆ ਭਾਬੀ ਜੀ ਹੁਣੀ ਵੀ ਲਏ ਪਏ ਹੋਣ ਤੇ ਮੈਨੂੰ ਤਸਵੀਰਾਂ ਬਣਾ ਕੇ ਕੱਪੜਿਆਂ ਦਾ ਮੈਨੂੰ ਤਰ੍ਹਾਂ ਕਿੰਨਾ ਹੈਗਾ ਵਾ ਹਿਸਾਬ ਦਾ। ਹਾਂਜੀ, ਅੱਛਾ ਗਲਾ ਬਣਿਆ ਹੋਇਆ ਬੂਲ ਆ। ਹਾਂਜੀ, ਪਿਆਰਾ ਸੂਟ ਆ, ਬਹੁਤ ਪਿਆਰਾ ਸੂਟ ਆ, ਫੁੱਪੂ ਜੀ ਉਹਨਾਂ ਨੇ ਦਿੱਤਾ ਵਾ। ਭਾਬੀਆਂ ਲੈਣਾ ਕਿੰਨੀਆਂ ਪਿਆਰੀਆਂ? ਹਾਂਜੀ, ਮੈਨੂੰ ਇਹ ਲਾਈਨਾਂ ਸੂਟ ਬਹੁਤ ਪਸੰਦ ਆਉਂਦੇ। ਹਾਂਜੀ, ਤੇ ਭਾਬੀ ਕਿੰਨਾ ਕੁ ਪੱਲਾ ਰੱਖਿਆ ਜਾਏਗਾ? ਇੰਨਾ ਕੁ ਤਾਂ ਰੱਖਿਆ ਜਾਏਗਾ ਨਾ, ਇਹ ਤਾਂ ਬਹੁਤ ਜ਼ਿਆਦਾ ਹੋ ਜਾਣਾ ਮੇਰਾ। ਇਹਨੇ ਨਾਪੋ ਤਾਂ, ਇਹਦੇ ਨਾਲ ਨਾਪ ਕਰ ਲੈਂਦੇ ਹਾਂ। ਪਕੜੋ ਤਾਂ, ਮੁਹੰਮਦ ਮੋਇਜ਼ ਨੂੰ ਪਤਾ ਨਹੀਂ ਕਿਉਂ ਰੋ ਰਹੇ। ਬਸ ਪਤਾ ਨਹੀਂ ਕੀ ਮਸਲਾ, ਮੈਨੂੰ ਲੱਗਦਾ ਆਪਾਂ ਚੀਜ਼ ਉਹਦੇ ਭੈਣ ਭਰਾ ਖੇਲ ਖੇਲ ਲੜ ਲੈਂਦੇ ਆ ਦੋਨੋਂ ਭੈਣ ਭਰਾ। ਸਹੀ, ਮੈਂ ਵੀ ਭਾਬੀ ਹਾਂ, ਇਸ ਤਰ੍ਹਾਂ ਕਰਾਂ? ਹਾਂਜੀ, ਇਸ ਤਰ੍ਹਾਂ ਕਰੋ ਨਾ, ਫਿਰ ਪਤਾ ਲੱਗੇਗਾ। ਇੰਨਾ ਰੱਖਿਆ ਜਾਏਗਾ, ਰੱਖਿਆ ਜਾਣਾ? ਮੈਂ ਤਾਂ ਕਿਹਾ ਸੀ ਨਹੀਂ, ਮੇਰੇ ਬੰਦਾ ਜਿਹੜੀ ਮੋਟੀ ਆ ਮੈਂ, ਰੱਖਿਆ ਜਾਣਾ ਮੈਂ, ਮੈਂ ਕਿਹਾ ਵੀ ਨਹੀਂ। ਭਾਬੀ ਸੋਹਣਾ ਸੂਟ? ਹਾਂ, ਬੜਾ ਪਿਆਰਾ ਸੂਟ, ਸੋਹਣਾ ਲੱਗਿਆ ਪਾਇਆ, ਫਿਰ ਪਿਆਰਾ ਲੱਗਣਾ ਵਾ। ਅਤੇ ਸੁਣਿਆ ਵਾ ਤੁਸੀਂ ਕੋਈ ਆਪਣਾ ਵੱਖਰਾ ਵੱਖਰਾ ਜ਼ਿਵਾ ਕਰਨਾ ਵਾ? ਹਾਂਜੀ, ਮਾਸ਼ਾਅੱਲਾ ਹੈ ਪ੍ਰੋਗਰਾਮ, ਉਤਰਨਾ ਨੀ ਹੈਗਾ, ਪੱਕਾ ਲੱਗਿਆ ਹੋਇਆ ਕੱਪੜਾ, ਬੂਲ ਬਹੁਤ ਪਿਆਰਾ ਜੀ, ਕਮੀਜ਼ ਹੋ ਗਈ, ਹਾਂਜੀ ਬੂਲ ਚ ਹੀ ਆ। ਅਸੀਂ ਵੀ ਵੱਡੇ ਸ਼ਹਿਰ ਦਾ ਸੂਟ ਪਾ ਲਿਆ। ਹਾਂਜੀ, ਨਹੀਂ ਬੂਲ ਹੈ ਮੇਰਾ, ਬੜਾ ਗਰਮ ਸੂਟ ਨਿਕਲ ਆਉਣਾ। ਇਹ ਭਾਬੀ ਅੱਛਾ, ਬਹੁਤ ਹੀ ਗਰਮ ਲੱਗਣੀ, ਬਰਤਨ ਸੀ, ਮੰਜਿਆਂ ਦੀਆਂ ਪੰਜ ਛੇ ਚਾਦਰਾਂ ਸੀ, ਔਰ ਚੌਧਰੀ ਸਾਹਿਬ ਦੇ ਤਿੰਨ ਸੂਟ ਸੀ, ਚੌਧਰੀ ਸਾਹਿਬ ਉਹਨਾਂ ਨੇ ਮਨਿਆਰੀ ਦਾ ਸਮਾਨ ਮੇਰਾ ਵੀ। ਫਿਰ ਮੈਂ ਦੇਖੂੰਗੀ ਕਿਹੜੀ ਸ਼ੋਪਿੰਗ, ਕਿਹੜੀਆਂ ਕਿਹੜੀਆਂ ਤੁਹਾਨੂੰ ਚੀਜ਼ਾਂ ਦਿੱਤੀਆਂ। ਮਾਸ਼ਾਅੱਲਾ ਸੋਹਣਾ ਦੁਪੱਟਾ ਵਾ,
ਤੇ ਅੱਲਾ ਖੈਰ ਰੱਖੇ ਫਿਰ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਬੁਲਾਵਾਂਗੇ ਤੇ ਫਿਰ ਸਾਰੇ ਕਰਾਂਗੇ ਬੱਕਰਾ ਜ਼ਿਬਾ ਹਾਂਜੀ ਤੇ ਹਮਨਾ ਬਿਟੀਆਂ ਨੂੰ ਵੀ ਤੇ ਸਾਰਿਆਂ ਨੂੰ ਇਹ ਸੋਹਣਾ ਸੂਟ ਆ ਬੜਾ ਪਿਆਰਾ ਵਾ ਹੁਣ ਸਲਾ ਲਵੀ ਨਾ ਹਾਂ ਸਲਾ ਲਵਾਂਗੀ ਤੇ ਵਾਈਟ ਹੁਣ ਮੈਂ ਕਿੰਨਾ ਭਾਬੀ ਤੱਕ ਤੁਸੀਂ ਸਵਾਉਣਾ ਪੈਣਾ ਵਾ ਬਾਜੂ ਉਸਮਾਨ ਦਊਂਗੀ ਨਾ ਕਿਸੇ ਦਰਜੇ ਤੋਂ ਲੈ ਲਈ ਬਾਜੂ ਉਸਮਾਨ ਨੇ ਜਿਹੜਾ ਆਪਣੇ ਮੈਰਾਥਨ ਸੀ ਸੀ ਸਾਫ ਦੇ ਹਾਂਜੀ ਕਿਉਂਕਿ ਜਾਚੂ ਜੀ ਦੀ ਬੀਅਤ ਖਰਾਬ ਆ ਨਾ ਜੀ ਹਫਾਜ਼ਤ ਕਰਨੀ ਉਹਨਾਂ ਦੇ ਤਾਂ ਹਾਰਾ ਬਿਲਕੁਲ ਸਿਆਣੇ ਬਜ਼ੁਰਗ ਨੂੰ ਸੰਭਾਲਣਾ ਵੀ ਬਾਸ਼ ਬਾਬਾ ਹੀ ਕੰਮ ਬਣ ਜਾਂਦਾ ਵਾ ਬੱਚੇ ਵੀ ਆ ਫਿਰ ਤੇ ਤੂੰ ਨਾ ਦੱਸਾਂ ਇਹਨੂੰ ਵਾਈਟ ਪੈਪਿੰਗ ਕਰਵਾਈ ਪਿਆਰੀ ਵਾਈਟ ਕਰਵਾਉਂਗੀ ਹੂੰ ਵਾਈਟ ਹੀ ਕਰਵਾਵਾਂਗੇ ਇਹ ਵਾਲੀ ਨਹੀਂ ਕਰਨੀ ਨਹੀਂ ਨਹੀਂ ਮੇਰਾ ਸੋਹਣੀ ਵਾਈਟ ਅੱਛੀ ਲੱਗੇਗੀ ਵਾਈਟ ਹੀ ਸੋਹਣੀ ਲੱਗੇਗੀ ਵਾਈਟ ਹੀ ਸੋਹਣੀ ਲੱਗੇਗੀ ਪਿਆਰੀ ਲੱਗਣੀ ਹੈ ਵਾਈਟ ਹੀ ਕਰਵਾਉਂਗੇ ਤੇ ਰੱਖਣਾ ਵੀ ਕਿਹੜਾ ਕੱਪੜਿਆਂ ਦੀ ਕਮੀ ਹੈ ਅੱਲਾ ਪਾਕ ਚਾਚੂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਤੇ ਫਿਰ ਜਾਂ ਫਿਰ ਸਲਵਾਰ ਸਿਲਾਈ ਕਰਵਾ ਲਈ ਬਾਜੀ ਕੋਲ ਹਾਂਜੀ ਮੈਂ ਲੈ ਕੇ ਤਾਂ ਹੀ ਆਈ ਸੀ ਮੈਂ ਕਿਹਾ ਭਾਬੀ ਕੋ ਕਰਵਾ ਲੂੰਗੀ ਜਾਂ ਹਾਂ ਚਲੋ ਬਾਜੀ ਕੋ ਕਰਵਾ ਲਾਂਗੀ ਚਲ ਮੈਂ ਕਰ ਦੇਵਾਂਗੀ ਹਾਂਜੀ ਮਾਸ਼ਾਅੱਲਾ ਸਲਵਾਰ ਵੀ ਵਾਵਾ ਖੁੱਲੀ ਹੈ ਖੁੱਲੀ ਵਾਈਟ ਸੋਹਣੀ ਕਿੰਨੀ ਹੈ ਬੜੀ ਪਿਆਰੀ ਹੈ ਅਭੀ ਮੈਂ ਨਹੀਂ ਖੁੱਲੀ ਨਹੀਂ ਰਖਾਉਣੀ ਹਾਂ ਨਹੀਂ ਖੁੱਲੀ ਸਹੀ ਹੈ ਨਾਰਮਲ ਜੀ ਸਹੀ ਹੁੰਦੀ ਕੰਮ ਕਰਨਾ ਹੁੰਦਾ ਸਹੀ ਰਹਿੰਦੀ ਕੰਮ ਕੁਮ ਕਰਨਾ ਹੁੰਦਾ ਫਿਰ ਉਹ ਤਾਂ ਸਾਰਾ ਥੱਲੇ ਝਾੜੂ ਫਿਰਦਾ ਹਾਂਜੀ ਜੇ ਵੀਡੀਓ ਮੇਰੀ ਭੁੱਖ ਜੀ ਨਹੀਂ ਦੇਖਣ ਤੇ ਬਾਕੀ ਮੇਰੀ ਭਾਬੀ ਜੀ ਉਹਨਾਂ ਨੂੰ ਅੰਮੀ ਜੀ ਉਹਨਾਂ ਨੂੰ ਆਪੀ ਤਾਇਰਾਂ ਨੂੰ ਦਿਖਾ ਕੇ ਆਈਆਂ ਬਹੁਤ ਜ਼ਿਆਦਾ ਸੂਟ ਪਸੰਦ ਕੀਤਾ ਵਾ ਬਹੁਤ ਬਹੁਤ ਸ਼ੁਕਰੀਆ ਅੱਛਾ ਉਹਨਾਂ ਨੇ ਮੇਰਾ ਥੋੜਾ ਬਹੁਤ ਚਾਹ ਕੀਤਾ ਬਾਬਾ ਜੀ ਵੀ ਕਹਿੰਦੇ ਸੀ ਵੀ ਭਾਬੀ ਵੀ ਲੈ ਕੇ ਆਇਓ ਮੈਂ ਕਿਹਾ ਆਵਾਂਗੇ ਇਨਸ਼ਾਅੱਲਾ ਤਾਲਾ ਕਿ ਅਸੀਂ ਤੁਹਾਡੇ ਕੋਲ ਆਵਾਂਗੇ ਚੱਕਰ ਲਾਵਾਂਗੇ ਇਨਸ਼ਾਅੱਲਾ ਭਾਬੀ ਜੀ ਮਾਲ ਤੇ ਲੈ ਕੇ ਜਾਵਾਂਗੇ ਮੈਂ ਕਿਹਾ ਵੀ ਮਾਲ ਕਿਹਾ ਜੀ ਨੇ ਚੱਕਰ ਲਾ ਲਈਏ ਹਾਂ ਹੁਣ ਤਾਂ ਮਾਸ਼ਾਅੱਲਾ ਗੱਡੀ ਵੀ ਆਪਣੀ ਲੈ ਲਈ ਹੈ ਗੱਡੀ ਅੱਲਾ ਦਾ ਚਲਾਵਾਂਗੇ ਲੱਖ ਸ਼ੁਕਰ ਚਲਾਂਗੇ ਬਾਬਾ ਨੇ ਰਹਿਮਤਾਂ ਕੀਤੀਆਂ ਅੱਲਾ ਤਾਲਾ ਬਿਲਕੁਲ ਜੀ ਹਰ ਮੁਸਲਮਾਨ ਭੈਣ ਭਾਈ ਦੀ ਇਸੇ ਤਰ੍ਹਾਂ ਰਹਿਮਤਾਂ ਕਰੇ ਇਸੇ ਤਰ੍ਹਾਂ ਸਭ ਦੀਆਂ ਖੁਆਇਸ਼ਾਂ ਪੂਰੀਆਂ ਕਰੇ ਤੇ ਇਹ ਵਾਲੀ ਗੱਡੀ ਸਾਡੇ ਭਾਈਆਂ ਦੀ ਅੱਲਾ ਪਾਕ ਨਸੀਬ ਸੀ ਕਰੇ ਵਰਤਣਾ ਬਿਲਕੁਲ ਅੱਬੂ ਜੀ ਉਹਨਾਂ ਦੀ ਵੀ ਬਹੁਤ ਜ਼ਿਆਦਾ ਖੁਆਇਸ਼ ਸੀ ਔਰ ਮੇਰੇ ਭਾਈ ਜਵੇਦ ਦੀ ਛੋਟੇ ਹੁੰਦਿਆਂ ਦੀ ਖੁਆਇਸ਼ ਸੀ ਵੀ ਗੱਡੀ ਲੈਣੀ ਅਕਸਰ ਹੀ ਮਹਾਰਾ ਜਦੋਂ ਅਸੀਂ ਤੁਹਾਡੇ ਕੋਲ ਜਾਂ ਅੰਮੀ ਉਹਨਾਂ ਕੋਲ ਜਾਂਦੇ ਸੀ ਨਾ ਰਸਤੇ ਚ ਇਹਨਾਂ ਮੈਨੂੰ ਕਹਿਣਾ ਗੱਡੀਆਂ ਗੁਜ਼ਰਨੀਆਂ ਨਾ ਅਸੀਂ ਆਹ ਗੱਡੀ ਨਾ ਇੰਨੇ ਦੀ ਹੈ ਆਹ ਗੱਡੀ ਤੇ ਇੱਕ ਵਾਰ ਕਹਿਣਾ ਸਾਤੇ ਪਾਪਾ ਜੀ ਮਿੱਟੀ ਪੈਂਦੀ ਆ ਤੇ ਅਸੀਂ ਵੀ ਗੱਡੀ ਲੈਣੀ ਹੈ ਹਾਂਜੀ ਆਹ ਕਹਿਣਾ ਆਹ ਗੱਡੀ ਇੰਨੇ ਦੀ ਹੈ ਇਸ ਤਰ੍ਹਾਂ ਦੀ ਲੈ ਲਈਏ ਆਪਾਂ ਦਾ ਕਾਲੀ ਲਈਏ ਵਾਈਟ ਲਈਏ ਤੇ ਕਦੀ ਕਹਿਣਾ ਸਦੂਕੀ ਲੈ ਕਦੀ ਮੇਰਾ ਹੱਸਣਾ ਉਹ ਜਿਹੜੀਆਂ ਘੱਤੀਆਂ ਪੱਤਰੀਆਂ ਨਹੀਂ ਹੁੰਦੀਆਂ ਕਦੀ ਮੇਰਾ ਹੱਸਣਾ ਵੀ ਇਹ ਨਾ ਲੈ ਲਈਏ ਜਦੋਂ ਸਰਦੀ ਤੋਂ ਤਾਂ ਫਿਰ ਵੀ ਬੰਦਾ ਬਚ ਹੀ ਜਾਂਦਾ ਤੇ ਮੈਂ ਹੱਸਣਾ ਮੈਂ ਕਹਿਣਾ ਨਹੀਂ ਅਸੀਂ ਨਹੀਂ ਇਹ ਲੈਣੀ ਹੈਗੀ ਜਿਹੜੀਆਂ ਪੁਰਾਣੀਆਂ ਪਹਿਲੀਆਂ ਹੁੰਦੀਆਂ ਸੀ ਭਾਜੀ ਮੈਂ ਕਹਿੰਦੀ ਅਸੀਂ ਨਹੀਂ ਇਹ ਲੈਣੀ ਇਹਦੇ ਨਾਲ ਤਾਂ ਮੋਟਰਸਾਈਕਲ ਹੀ ਚੰਗਾ ਮੈਂ ਕਿਹਾ ਆਪਣੇ ਸਾਰੇ ਭੈਣਾਂ ਭਰਾਵਾਂ ਨੇ ਹੱਸਣਾ ਉਹਨਾਂ ਨੇ ਕਿਹੜਾ ਗੱਡੀ ਦੇ ਖੋ ਲਈ ਅੱਲਾ ਪਾਕ ਮੁਸੀਬਤ ਕਰੇ ਤੇ ਪਹਿਲੇ ਬਲੈਕ ਲਈ ਸੀ ਹੁਣ ਭਾਜੀ ਨੇ ਵਾਈਟ ਲਈ ਆ ਹਾਂਜੀ ਤੇ ਮੈਂ ਕਿਹਾ ਚਲੋ ਕੋਈ ਗੱਡੀ ਭੈਣਾ ਮੇਰਾ ਬਹੁਤ ਸੋਹਣਾ ਤੇਰਾ ਸੂਟ ਆ ਤੇ ਅੱਲਾ ਤੈਨੂੰ ਪਾਉਣਾ ਨਸੀਬ ਕਰੇ ਤੇ ਸਲਾਈ ਕਰਵਾ ਕੇ ਪਾਣੀ ਤੇ ਕੁੱਕੋ ਜੀ ਹੋਣਾ ਗਿਫਟ ਮਿਲਦਾ ਵਾ ਮਜ਼ਾ ਆਉਂਦਾ ਬੜੀ ਖੁਸ਼ੀ ਹੁੰਦੀ ਹੈ ਤੇ ਕੁੱਕੋ ਜੀ ਮੈਨੂੰ ਤੇ ਖਾਸ ਕਰ ਕੱਪੜੇ ਪਸੰਦ ਆ ਜਿਹੜਾ ਭੈਣ ਭਾਈ ਮੈਨੂੰ ਕੱਪੜੇ ਦੇਣਾ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਸਲਾਈ ਕਰਵਾ ਕੇ ਪਾਣੀ ਤੇ ਕੁੱਕੋ ਜੀ ਉਹਨਾਂ ਨੂੰ ਵੀ ਅੱਛਾ ਲੱਗੇਗਾ ਵੀ ਸਾਡਾ ਗਿਫਟ ਮੇਰਾ ਨੂੰ ਪਸੰਦ ਆ ਨਹੀਂ ਬਾਜੀ ਅੱਗੇ ਵੀ ਮੈਂ ਇੱਕ ਦਫਾ ਗਈ ਸੀ ਕੁੱਕੋ ਜੀ ਉਹਨਾਂ ਨੇ ਮੈਨੂੰ ਦੋ ਸੂਟ ਦਿੱਤੇ ਸੀ ਨਾ ਸਹੀ ਆ ਤੇ ਮੈਂ ਉਹ ਵੀ ਸਲਾਈ ਕਰਵਾਏ ਠੀਕ ਹਾਂਜੀ ਬਿਲਕੁਲ ਕੁਝ ਚੀਜ਼ ਦਵੇ ਤੇ ਫਿਰ ਪਾਣੀ ਤੇ ਚਾਹੀਦੀ ਹੈ ਹਾਂਜੀ ਇਹ ਜਿਹੜੀ ਮੈਨੂੰ ਵੈਸੇ ਸੂਟ ਬਹੁਤ ਜ਼ਿਆਦਾ ਪਸੰਦ ਆ ਜਿਹੜੀ ਮੈਨੂੰ ਪਸੰਦ ਆ ਵੀ ਤੁਹਾਨੂੰ ਪਤਾ ਸ਼ੁਰੂ ਤੋਂ ਜਦੋਂ ਕੋ ਮੇਰੀ ਭੁੱਲਦੀ ਨਹੀਂ ਨਾ ਮੈਨੂੰ ਜਿਹੜਾ ਸੂਟ ਪਸੰਦ ਆਂਦਾ ਸੀ ਮੈਂ ਉਹੀ ਸਿਲਾਈ ਕਰਦੀ ਸੀ ਜਿਹੜਾ ਮੈਨੂੰ ਪਸੰਦ ਨਹੀਂ ਸੀ ਨਾ ਮੈਂ ਸੂਟ ਸਿਲਾਈ ਨਹੀਂ ਕਰਵਾਉਂਦੀ ਬਿਲਕੁਲ ਸਮਝੋ ਸੂਟ ਪਸੰਦ ਨਹੀਂ ਜਿਹੜਾ ਸਿਲਾਈ ਨਹੀਂ ਕਰਵਾਇਆ ਹਾਂਜੀ ਤੇ ਦੁਪੱਟੇ ਨੂੰ ਪੀਕੋ ਕਰਵਾ ਲਿਆ ਭਾਬੀ ਕਿਹੜੀ ਪੀਕੋ ਕਰਵਾਵਾਂ ਜੇ ਕੋ ਦੇਖ ਲਾਂਗੇ ਉੱਥੇ ਜਿਹੜੀ ਕਿਹੜੀ ਕਰਵਾਵਾਂ ਕਲਰ ਹਾਂਜੀ ਵਾਈਟ ਹੋ ਜੇ ਤੇ ਜਾਂ ਫਿਰ ਆ ਗਹਿਰਾ ਹੋ ਜੇ ਹਾਂ ਹੈ ਨਾ ਵਾਈਟ ਵੀ ਲੱਗਣਾ ਚਾਹੀਦਾ ਵੈਸੇ ਸੋਹਣਾ ਲੱਗੇ ਵਾਈਟ ਕਰਵਾ ਲਾਂਗੇ ਥੋੜੀ ਜੀ ਬੀਬੀ ਬਣ ਜਾਵਾਂ ਚੱਲ ਸਹੀ ਹੈ ਚਲੋ ਦੇਖ ਲਾਂਗੇ ਹੁਣ ਕਿਹੜੀ ਹਾਂਜੀ ਚਾ ਮਾਰਾ ਹੁਣ ਤਿਆਰੀ ਕਰ ਲਈ ਹੁਣ ਰਹਿ ਲਾਂਗੇ ਦੋ ਦਿਨ ਨਹੀਂ ਭਾਬੀ ਜੀ ਉਹਨਾਂ ਮਿਸਤੀਆਂ ਨੇ ਆਉਣਾ ਵਾ ਨਾਲੇ ਚਾਚੂ ਜੀ ਉਹਨਾਂ ਦਾ ਪਤਾ ਲੈਣ ਜਾਣਾ ਵਾ ਅੱਛਾ ਇੰਨੀ ਸਰਦੀ ਹੈ ਚੱਲ ਦੋ ਦਿਨ ਹੋ ਗਏ ਕੋਈ ਨਹੀਂ ਫਿਰ ਆ ਜਾਾਂਗੇ ਮੇਰੀ ਤਾਂ ਭਤੀਜੀ ਦੇ ਸ਼ੌਂਕ ਹੀ ਨਹੀਂ ਖਤਮ ਹੁੰਦੇ ਕਦੀ ਫੁੱਫੇ ਦੀ ਮਹਿੰਦੀ ਲਗਾ ਦੋ ਕਦੀ ਕਹਿ ਦਿੰਦੀ ਆ ਫੁੱਫੇ ਦੀ ਲਿਪਸਟਿਕ ਲਗਾ ਦੋ ਕਦੀ ਮੈਨੂੰ ਪਤਾ ਕਰ ਕੀ ਕਹਿ ਰਹੇ ਜੀ ਮੰਮਾ ਜੀ ਮਹਿੰਦੀ ਕਿੱਥੇ ਜਲਦੀ ਦੋਵੋ ਮੈਂ ਨਹੀਂ ਨੇ ਸਵੇਰ ਚਲੇ ਜਾਣਾ ਤੇ ਮੈਂ ਕੋ ਫੁੱਲ ਪਵਾ ਲਵਾਂ ਨਹੀਂ ਲੱਭੀ ਨਹੀਂ ਸੀ ਅੰਮੀ ਕਹਿੰਦੀ ਉਹ ਬਰਾਮ ਤੇ ਦੇ ਨਹੀਂ ਸੁੱਟੀ ਹੋਈ ਸੀ ਮੈਂ ਕਿਹਾ ਵੀ ਬਿਲਕੁਲ ਥੋੜੀ ਜੀ ਪਈ ਸੀ ਫਿਰ ਮੈਂ ਉਹ ਲਗਾਈ ਆ ਤੇ ਕਹਿ ਰਹੀ ਸੀ ਫੁੱਫੇ ਜੀ ਇੱਧਰ ਵੀ ਲਗਾਉਣੀ ਆ ਇੱਧਰ ਵੀ ਲਗਾਉਣੀ ਆ ਤੇ ਤਾਂ ਬਸ ਚਲ ਕਾ ਛੋਟੀ ਜੀ ਗੱਲਾਂ ਤੇ ਵੀ ਲਵਾ ਦੇ ਹੋਰ ਮਸੀ ਮਨਾਈ ਆ ਤੁਸੀਂ ਲਾਇਓ ਭਾਬੀ ਜੀ ਚੱਕਰ ਹੁਣ ਲਾਵਾਂਗੇ ਹਾਂਜੀ ਅੱਜ ਬਾਈ ਲਿਪਸਟਿਕ ਹਾਂਜੀ ਲਿਪਸਟਿਕ ਲਗਾ ਦੋ ਆਈ ਦਾ ਤੂੰ ਤਾਂ ਮੁੰਡਾ ਵਾ ਮੁੰਡੇ ਵੀ ਲਿਪਸਟਿਕ ਲਗਾਉਂਦੇ ਕੋਈ ਕੁੜੀਆਂ ਲਾਉਂਦੀਆਂ ਅੱਛਾ ਬੱਚੇ ਨਹੀਂ ਲਗਾਉਂਦੇ ਹੁੰਦੇ ਸਿਰਫ ਮੇਰੀ ਹਿੱਬਾ ਲਗਾਏਗੀ ਮੈਨੂੰ ਕਹਿੰਦੀ ਮੰਮਾ ਮੇਰੇ ਹਿੱਬਾ ਦੇ ਸਾਰੇ ਮੇਰੇ ਵਾਲੇ ਸ਼ੌਂਕ ਮੈਂ ਮਾਮੂ ਨਾਲ ਜਾਣਾ ਆ ਕਹਿੰਦੇ ਤੋੜੀ ਆ
ਪਿਆਰੀ ਲੱਗਦੀ ਆਪੇ ਬੇਟੀਆਂ ਨੂੰ ਨਹੀਂ ਲਗਾਈ ਮੁੰਡੇ ਨਹੀਂ ਲਾਉਂਦੇ ਚਲ ਡਰਾ ਦਿੱਤਾ ਪਿਆਰੇ ਲੱਗਦੇ ਹੁਣ ਗੱਲਾਂ ਨੀ ਕਰਨੀਆਂ ਤੇ ਨਾਲ ਲੜਨਾ ਫਿਰ ਲਿਖ ਜਾਣੀ ਬੱਚਿਆਂ ਚੁੱਪ ਕਰਾਉਣਾ ਬੱਚਿਆਂ ਨੂੰ ਲਿਪਸਟਿਕ ਲਗਾ ਦੋ ਬੱਚਿਆਂ ਨੂੰ ਅਸੀਂ ਚੁੱਪ ਕਰ ਜਾਂਦੇ ਠੀਕ ਹੈ ਨਾਲੇ ਇਸ ਵੇਲੇ ਹਨਾਰਾ ਹਮਨਾ ਨੂੰ ਕੋਈ ਨੀਗਾ ਹਾਂਜੀ ਹਮਨਾ ਬਸ ਸਾਦਾ ਸਿੰਪਲ ਮਿੱਤੀ ਹੈ ਇਹਨੂੰ ਕੋਈ ਨੀ ਮੈਂ ਰੱਬ ਤਿਆਰੀ ਕਰਾਂ ਤੁਹਾਡਾ ਪੱਪੂ ਲਗਣ ਡਿਆ ਜਾਂ ਮੈਂ ਲਿਪਸਟਿਕ ਲਾਵਾਂ ਇਹਨੂੰ ਕੋਈ ਨੀ ਸਾਦਾ ਜਿਹਾ ਮੇਰਾ ਹਮਨਾ ਮਿੱਤੀ ਹੈ ਜਿਹੜੀ ਹਿਬਾ ਹੈ ਇਹ ਮਾਸ਼ਾਅੱਲਾ ਵਾਹ ਵਾਹ ਫੈਸ਼ਨੇਬਲ ਬਣਨੀ ਹੈ ਇਹ ਮੇਰੇ ਤੇ ਮੇਰੇ ਕੋਲੋਂ ਫਿਰ ਅਮੀ ਜੀ ਦਾ ਹੁੱਕਾ ਨਾ ਸਿੱਟ ਦਿਓ ਕਿਹਦੀ ਕੈਪ ਲਈ ਆ ਫੁੱਫੋ ਜੀ ਇਹ ਬਾਜੇ ਛੋਟੀ ਜਿਹੀ ਹੁੰਦੀ ਸੀ ਭਾਵੇਂ ਜੀ ਹੁੱਕਾ ਨਾ ਉਧਰ ਰੁੱਕੇ ਤੇ ਰੱਖ ਦਿਓ ਬੱਚਿਆਂ ਨੇ ਲਗਾ ਦੇਣਾ ਦੋ ਬੂਟੇ ਰੱਖੇ ਆ ਅਗਲੇ ਦਿਨ ਬਾਈ ਚਿਹਰਾ ਵੀ ਲੈ ਕੇ ਆਏ ਸੀਗੇ ਤੇ ਹੁਣ ਦੋ ਬਟੂ ਖੁਸ਼ ਸੀ ਉਹਨਾਂ ਨੂੰ ਦੁਬਾਰਾ ਜਾਣਾ ਵਾ ਤਾਂ ਉਹਨਾਂ ਨੂੰ ਦੇ ਕੇ ਆਵਾਂਗੇ ਇੱਥੋਂ ਉਦਣ ਜਿਵੇਂ ਲੈ ਕੇ ਗਏ ਸੀ ਭੇਜੇ ਸੀਗੇ ਅੱਛਾ ਤੇ ਮੈਂ ਕਿਹਾ ਸੀ ਸਾਰੇ ਜਣੇ ਚਾਚੂਆਂ ਨੂੰ ਵੀ ਦੇ ਦਿਓ ਤੇ ਸਾਰੇ ਜਣੇ ਉੱਥੇ ਵੰਡ ਲਿਓ ਆਪੀ ਤਹਿਰਾ ਦੇ ਨੀ ਹੈ ਮਾਮੂ ਹੋਣਾ ਦੇ ਵੀ ਨੀ ਹੈ ਆਪੀ ਤਹਿਰਾ ਹੋਣਾ ਦੇ ਚਲੋ ਅੱਲਾ ਖੈਰ ਰੱਖੇ।